ਸੁਰਜ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕੀਤਾ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਖਹਿਰਾ ਨੇ ਭਲਕੇ ਲੋਕਾਂ ਨੂੰ ਸੰਗਰੂਰ ਦੇ ਵਿੱਚ ਇਕੱਠੇ ਹੋਣ ਦੇ ਲਈ ਸੱਦਾ ਦਿੱਤਾ ਕੈਪਟਨ ਦੇ ਗੜ੍ਹ ਦੇ ਵਿੱਚ ਕਾਂਗਰਸ ਹੋਣ ਲੱਗੀ ਸਰਗਰਮ ਨਵਜੋਤ ਸਿੱਧੂ ਵੱਲੋਂ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਨਾਲ ਮੀਟਿੰਗ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੇ ਸਪੀਕਰ ਨੂੰ ਪੰਜਾਬ ਸਰਕਾਰ ਖਿਲਾਫ ਚਿੱਠੀ ਲਿਖੀ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਬਣੇ ਚਿੰਪਈ ਸੁਰੇਨ ਪਰਮਰਾਜ ਉਮਰਾਨੰਗਲ ਨੂੰ ਹਾਈਕੋਰਟ ਵੱਲੋਂ ਬਹਾਲ ਕਰਨ ਦੇ ਹੁਕਮ ਬਰਖਾਸਤ AIG ਰਾਜਜੀਤ ਸਿੰਘ ਦੀ ਪ੍ਰਾਪਰਟੀ ਹੋਵੇਗੀ ਅਟੈਚ ਮਮਤਾ ਬੈਨਰਜੀ ਨੇ ਕਿਹਾ ਸਮਝ ਨਹੀਂ ਆਉਂਦੀ ਕਾਂਗਰਸ ਨੂੰ ਹੰਕਾਰ ਕਿਹੜੀ ਗੱਲ ਦਾ ਆਮ ਆਦਮੀ ਪਾਰਟੀ ਦੇ MLA ਦਲਬੀਰ ਟੌਂਗ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਤੇ ਆਖਰੀ ਖਬਰ ਲੁਧਿਆਣਾ ਵਿੱਚ ਝੁੱਗੀਆਂ ਨੂੰ ਲੱਗੀ ਅੱਗ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਿਹੜੀ ਆਮ ਆਦਮੀ ਦੇ MLA ਦੇ ਵਾਰੰਟ ਕਿਉਂ ਨਿਕਲੇ ਆ ਆਮ ਆਦਮੀ ਪਾਰਟੀ ਦਾ ਬਾਬਾ ਬਕਾਲਾ ਤੋਂ ਜਿਹੜੀ ਵਿਧਾਇਕ ਹੈ ਜੀ ਉਹਦਾ ਨਾਂ ਹੈਗਾ ਜੀ ਦਲਬੀਰ ਸਿੰਘ ਟੌਂਗ ਇਹਨਾਂ ਦੇ ਖਿਲਾਫ ਅਦਾਲਤ ਦੇ ਵੱਲੋਂ ਅਰੈਸਟ ਵਾਰੰਟ ਜਾਰੀ ਕੀਤੇ ਗਏ ਆ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਥਿਨ ਸਾਹਿਬ ਤੇ ਇਸ ਕਰਕੇ ਉੱਥੋਂ ਦੀ ਸਥਾਨਕ ਕੋਰਟ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਆ ਤੇ ਵਿਧਾਇਕ ਦਲਬੀਰ ਟੌਂਗ ਨੂੰ 17 ਫਰਵਰੀ ਨੂੰ ਤੇ ਇਹ ਗੱਲ ਕਹੀ ਗਈ ਆ ਪੁਲਿਸ ਨੂੰ ਗੱਲ ਕਹੀ ਗਈ ਆ ਵੀ ਵਿਧਾਇਕ ਟੌਂਗ ਨੂੰ ਕੇਸ ਦੀ ਅਗਲੀ ਤਰੀਕ ਦੇ ਮੌਕੇ ਪੇਸ਼ ਕੀਤਾ ਜਾਵੇ ਤੇ ਰੌਲਾ ਅਸਲ ਦੇ ਵਿੱਚ ਇਹ ਆ ਕਿ ਸੰਪੂਰਨ ਸਿੰਘ ਮੱਕੜ ਨਾਂ ਦਾ ਇੱਕ ਵਿਅਕਤੀ ਆ ਉਹਨੇ ਅਦਾਲਤ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੇਸ ਦਾਇਰ ਕੀਤਾ ਸੀਗਾ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਬਾਬਾ ਬਕਾਲਾ ਦੇ ਵੱਲੋਂ ਕੇਸ ਨੂੰ ਅੱਗੇ ਵਧਾਉਂਦਿਆਂ 5 ਵਾਰ ਯਾਨੀ ਕਿ 5 ਵਾਰ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੂੰ ਸੰਮਣ ਭੇਜਿਆ ਗਿਆ ਸੀਗਾ ਨਾ ਤਾਂ ਵਿਧਾਇਕ ਸਾਹਿਬ ਖੁਦ ਪੇਸ਼ ਹੋਏ ਆ ਤੇ ਨਾ ਹੀ ਕੋਈ ਜਵਾਬ ਦਾਖਲ ਕੀਤਾ ਤੇ ਜਿਹਦੇ ਕਰਕੇ ਅੱਜ ਇਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਅੱਛਾ ਜਿਹੜੇ ਪੰਜਾਬ ਦੇ ਸੀਨੀਅਰ ਪੁਲਿਸ ਅਫਸਰ ਰਹੇ ਆ ਪਰਮਰਾਜ ਸਿੰਘ ਉਮਰਾਨੰਗਲ ਉਹਨਾਂ ਨੂੰ ਬਹਾਲ ਹੋ ਗਏ ਹੁਣ ਬਿਲਕੁਲ ਜੀ ਬਿਲਕੁਲ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਇਹਨਾਂ ਨੂੰ ਬਹਾਲ ਕਰ ਦਿੱਤਾ ਗਿਆ 2019 ਦੇ ਵਿੱਚ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਸੀਗਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਜਿਹੜੀ SIT ਬਣਾਈ ਸੀ ਤੇ ਉਹਨੇ 2019 ਦੇ ਵਿੱਚ IG ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਸੀ ਫਿਰ ਸਸਪੈਂਡ ਕਰਤਾ ਸੀ ਫਿਰ ਇਸ ਮਾਮਲੇ ਦੇ ਵਿੱਚ ਅੱਜ ਪਤਾ ਲੱਗਾ ਜੀ ਕਿ IG ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਤੇ ਇਹਨਾਂ ਦੀ ਜਿਹੜੀ ਹੈ ਸਸਪੈਂਡ ਕੀਤਾ ਗਿਆ ਸੀਗਾ ਇਹ ਆਦੇਸ਼ ਰੱਦ ਕਰਕੇ ਤੇ ਇਹਨਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਬਹਾਲ ਕੀਤਾ ਜਾਵੇ ਤੇ ਇਹ ਹੁਣ ਦੁਬਾਰਾ ਆਪਣੀ ਨੌਕਰੀ ਜਿਹੜੀ ਉਹ ਫਿਰ ਜੁਆਇਨ ਕਰ ਲੈਣਗੇ ਤੇ ਬਾਕੀ ਵੇਨੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਜੀ ਕਹਿੰਦੇ ਚੰਡੀਗੜ੍ਹ ਦੇ ਮੇਅਰ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਨੂੰ ਕ੍ਰਸ਼ ਕਰਕੇ BJP ਨੇ ਮੇਅਰ ਬਣਾਇਆ ਉਹਦੇ ਵਿਰੋਧਤਾ ਬੰਦ ਨਹੀਂ ਹੋ ਰਹੀ ਹਾਂ ਬਿਲਕੁਲ ਸਿੰਘ ਸਾਹਿਬ ਅੱਜ ਆਮ ਆਦਮੀ ਪਾਰਟੀ ਬਹੁਤ ਕਲਪੀ ਬੜੀ ਤੱਤੀ ਹੋਈ ਬੜੀ ਲੋਹੀ ਲਾਖੀ ਹੋਈ ਉਹਨਾਂ ਨੇ ਬਹੁਤ ਕੁਝ ਕਿਹਾ ਚੰਡੀਗੜ੍ਹ ਦੇ ਵਿੱਚ BJP ਦੇ ਹੈੱਡਕੁਆਟਰ ਨੂੰ ਘੇਰਨ ਵਾਸਤੇ ਅਰਵਿੰਦ ਕੇਜਰੀਵਾਲ ਹੋਰੀ ਬਾਕੀ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਇਹ ਗਏ ਸੀਗੇ ਪਰ ਜਦੋਂ ਇਹ ਅੱਗੇ ਵੱਧ ਰਹੇ ਸੀ ਤੇ ਇਹਨਾਂ ਨੂੰ ਰੋਕ ਦਿੱਤਾ ਗਿਆ ਪੁਲਿਸ ਦੇ ਵੱਲੋਂ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਪਰ ਪਤਾ ਲੱਗਾ ਜੀ ਕਿ ਕੇਜਰੀਵਾਲ ਹੋਰਾਂ ਨੇ ਤੇ ਭਗਵੰਤ ਮਾਨ ਹੋਰਾਂ ਨੇ ਉਸ ਤੋਂ ਪਹਿਲਾਂ ਜੋ ਲੋਕਾਂ ਨੂੰ ਸੰਬੋਧਨ ਕੀਤਾ ਉਹਦੇ ਵਿੱਚ ਬੜੀਆਂ ਤਿੱਖੀਆਂ ਤੱਤੀਆਂ ਗੱਲਾਂ ਕਹੀਆਂ ਇਹਦੇ 'ਚ ਕੇਜਰੀਵਾਲ ਨੇ ਗੱਲ ਕਹੀ ਹੈ ਵੀ ਹੇਰਾ ਫੇਰੀ ਤਾਂ BJP ਪਹਿਲਾਂ ਵੀ ਵੋਟਾਂ ਦੇ ਮੌਕੇ ਤੇ ਗਿਣਤੀ ਦੇ ਮੌਕੇ ਕਰਦੀ ਹੈ ਪਰ ਐਤਕੀ ਤਾਂ ਇਹਨਾਂ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ ਨਾ ਤੇ ਜੇਕਰ ਇੱਕ ਨਿੱਕੀ ਜਿਹੀ ਚੋਣ ਦੇ ਲਈ ਮੇਅਰ ਦੀ ਚੋਣ ਵਾਸਤੇ ਇਹ ਹੇਰਾ ਫੇਰੀ ਕਰਦੇ ਇੰਨੀ ਤੇ ਭਾਈ ਇਹ ਲੋਕ ਸਭਾ ਦੀਆਂ ਚੋਣਾਂ ਤੇ ਬਾਕੀ ਚੋਣਾਂ ਦੇ ਵਿੱਚ ਕਿੰਨੀ ਵੱਡੀ ਹੇਰਾ ਫੇਰੀ ਕਰਦੇ ਹੋਣਗੇ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਤਾਂ ਵਿੱਚੋਂ ਹੀ ਇੱਥੋਂ ਪਤਾ ਲੱਗਾ ਵੀ ਵੋਟਾਂ ਹੀ ਸਾਰੀਆਂ 13 ਪਈਆਂ ਸੀ ਇਹਨਾਂ ਨੂੰ ਤੇ ਇਸ ਦੇ ਬਾਵਜੂਦ ਵੀ ਇਹ ਜਿੱਤ ਗਏ ਆ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਧੋਖਾ ਤੇ ਧੱਕਾ ਕੀਤਾ ਤੇ ਭਗਵੰਤ ਮਾਨ ਨੇ ਵੀ ਇੱਥੇ ਗੱਲ ਕਹੀ ਹੈ ਕਿ ਦੇਸ਼ ਕਿਸੇ ਦੇ ਬਾਪੂ ਦੀ ਜ਼ਗੀਰ ਨਹੀਂ ਹੈਗੀ ਇਸ ਦੇਸ਼ ਦੇ ਵਿੱਚ ਇਹਦਾ ਧੱਕਾ ਨਹੀਂ ਹੋਊਗਾ ਸੋ ਆਮ ਆਦਮੀ ਪਾਰਟੀ ਬਹੁਤ ਕਲਪੀ ਹੈ ਆਮ ਆਦਮੀ ਪਾਰਟੀ ਬਹੁਤ ਤੱਤੀ ਹੈ ਆਮ ਆਦਮੀ ਪਾਰਟੀ ਨੇ ਬੜੇ ਤਿੱਖੇ ਸ਼ਬਦ ਕੁਮਾਰ ਅੱਜ ਕੀਤੇ ਹੈ ਜੀ ਤੇ BJP ਨੇ ਕੋਈ ਰਿਸਪੌਂਸ ਦਿੱਤਾ BJP ਕਹਿੰਦੀ ਦੇਖੋ ਜੀ ਇਹ ਤਾਂ ਇਹਨਾਂ ਦੀ ਜਿਹੜੀ ਆ ਬੁਖਲਾਹਟ ਦਾ ਨਤੀਜਾ ਇਹ ਤਾਂ ਜੀ ਐਵੇਂ ਰੌਲਾ ਪਾਈ ਜਾਂਦੇ ਆ ਉਹ ਕਹਿੰਦੇ ਦੇਖੋ ਜੀ ਕਿ BJP ਨੂੰ ਲੋਕ ਪਿਆਰ ਬੜਾ ਕਰਦੇ ਆ ਤੇ ਕੌਂਸਲਰ ਵੀ ਪਿਆਰ ਕਰਦੇ ਆ ਇਸ ਕਰਕੇ ਜਿੱਤ ਗਏ ਇਹਨਾਂ ਦੇ ਰੌਲੇ ਨੂੰ ਕੀ ਕਰਨਾ ਜੀ ਅੱਛਾ ਬਾਕੀ ਖਹਿਰਾ ਸਵੇਰੇ ਸੰਗਰੂਰ 'ਚ ਕੀ ਕਰ ਰਹੇ ਨੇ ਕੋਈ ਵੱਡੀ ਰੈਲੀ ਹੋ ਰਹੀ ਹੈ ਨੇ ਅਸਲ ਦੇ ਵਿੱਚ ਜੀ 3 ਤਰੀਕ ਨੂੰ ਐਲਾਨ ਕੀਤਾ ਗਿਆ ਸੀ 3 ਤਰੀਕ ਦੇ ਲਈ ਐਲਾਨ ਕੀਤਾ ਗਿਆ ਸੀਗਾ ਪਿਛਲੇ ਦਿਨੀ ਜਦੋਂ ਕੋਟ ਦੁੰਨੇ ਪਿੰਡ ਦੇ ਵਿੱਚ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇਕੱਠ ਹੋਇਆ ਸੀ ਤੇ ਉਸ ਤੋਂ ਉਸੇ ਰਣੀ ਪਰਚਾ ਇੱਕ ਨਵਾਂ ਪੈ ਗਿਆ ਸੀ ਮੋਹਾਲੀ ਦੇ ਵਿੱਚ ਭਾਨੇ ਦੇ ਖਿਲਾਫ ਉਸ ਤੋਂ ਬਾਅਦ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ 1 ਤਰੀਕ ਨੂੰ ਯਾਨੀ ਕਿ 1 ਫਰਵਰੀ ਨੂੰ ਧੂਰੀ ਦੇ ਵਿੱਚ ਇਕੱਠ ਕਰਨਾ ਸੀਗਾ
सिमरनजीत मान होर दा उन्होंने घर दे विच नजरबंद करता। हुण 3 तरीक मिथी गई है यानी कि भलक दे लई कल नूं कट होना। यह कट का ऐलान किया गया लखा सिधाणा वालों, सुखपाल खहरा वालों, चरणजीत चन्नी होर वालों, सिमरनजीत मान होर वालों, वख वख किसान जथेबंदियों के वालों, कई होर जिहड़ियां समाजिक जथेबंदियां उन्होंने वालों पंजाब दे मुख्यमंत्री साहब की कोठी का घराओ करना जी जाके ते संगरूर वाली कोठी का। सो सुखपाल खहरा ने गल कही है कि उत्थे वध तों वध पंजाबी इकट्ठे होवो। फिर उत्थे चरणजीत चन्नी होर ने भी गल कही है लोगों को वीडियो सुनेहा जारी करके भी वध तों वध लोग इकट्ठे होवो। हुण कल का वेला दसूगा सिंह साहब भी लोग उत्थे आउंदे आ कि नहीं आउंदे, जे आउंदे आ तां किन्ने क आउंदे आ, लोग उत्थे पुलिस दे वल्लों पहुंचण दित्ते जांदे आ कि नहीं पहुंचण दित्ते जांदे, जिहड़े किसान आगू आ जां लखा सिधाणा जां होर जिन्ने भी राजनीतिक लोग आ ਉਹਨਾਂ ਨੂੰ ਘਰਾਂ ਦੇ ਵਿੱਚ ਕਿਤੇ ਉਵੇਂ ਤਾਂ ਨਹੀਂ ਡੱਕਿਆ ਜਾਊਗਾ ਜਿਵੇਂ ਕਿ ਸਿਮਰਨਜੀਤ ਮਾਨ ਨੂੰ ਡੱਕ ਲਿਆ ਗਿਆ ਸੀਗਾ। ਇਹ ਹੁਣ ਕੱਲ ਨੂੰ ਪਤਾ ਲੱਗੂਗਾ, ਪਰ ਆਸ ਇਸ ਗੱਲ ਦੀ ਕਰਨੀ ਬਣਦੀ ਹੈ ਵੀ ਜੇਕਰ ਸਭ ਕੁਝ ਠੀਕ ਰਿਹਾ ਤਾਂ ਸ਼ਾਇਦ ਇਕੱਠ ਵੱਡਾ ਹੋ ਜਾਏ ਜੀ। ਪਰ ਉਹ ਕੋਠੀ ਦਾ ਘਰਾਓ ਕਰਨ ਲਈ ਉੱਥੇ ਕਹਿੰਦੇ ਥਾਂ ਹੈ ਨਹੀਂ। ਨਹੀਂ ਜੀ, ਉਹਦੇ ਨਾਲ ਹੀ ਥਾਂ ਹੈਗੀ ਆ ਜੀ, ਥਾਂ ਉਹਦੀ ਕੋਠੀ ਦੇ ਨਾਲ ਹੈਗੀ ਆ। ਸੋ ਉਸ ਥਾਂ ਦੇ ਉੱਤੇ ਇਹਨਾਂ ਨੇ ਗੱਲ ਕਹੀ ਹੈ, ਮੇਰੇ ਚੇਤੇ ਦੇ ਵਿੱਚੋਂ ਕਲੋਨੀ ਦਾ ਨਾਂ ਨਿਕਲ ਗਿਆ, ਪਰ ਇਹ ਗੱਲ ਕਹੀ ਗਈ ਹੈ ਵੀ ਇਸ ਥਾਂ ਦੇ ਉੱਤੇ ਆਪਾਂ ਇਕੱਠੇ ਹੋਣਾ ਜੀ। ਨਵਜੋਤ ਸਿੰਘ ਸਿੱਧੂ ਦੀ ਕੀ ਖਬਰ ਆ? देखो जी, टेंड तकाना फिर पाई बैठे आ। नवजोत सिंह सिद्धू ने 2022 ਦੇ ਵਿੱਚ ਜੋ ਜੋ ਗੱਲਾਂ ਕਹੀਆਂ ਸੀ 24 ਚ ਵੀ ਉਹੀ ਕਰਦੇ ਆ। ਵੋਟਾਂ ਤੋਂ ਪਹਿਲਾਂ ਟੰਡ ਤਕਾਨਾ ਪਾ ਕੇ ਬਹਿ ਜਾਂਦੇ ਸੀ, ਅੱਜ ਉਹ ਫੇਰ ਪਾਈ ਬੈਠੇ ਆ। ਇੱਕ ਪਾਸੇ ਕਾਂਗਰਸ ਇਹ ਗੱਲ ਕਹਿੰਦੀ ਵੀ ਸਾਰੇ ਮਜ਼ਬੂਤੀ ਨਾਲ ਅੱਗੇ ਵਧ ਰਹੇ ਆ, ਤੇ ਉਹ ਗੱਲ ਕਹਿੰਦੇ ਜੀ ਸਾਰੇ ਇਕੱਠੇ ਹੋ ਜਾਓ, ਬੂਥ ਪੱਧਰ ਤੇ ਵੀ ਇਕੱਠੇ ਹੋ ਜਾਓ, ਹਲਕਾ ਪੱਧਰ ਤੇ ਇਕੱਠੇ ਹੋ ਜਾਓ, ਬਲਾਕ ਪੱਧਰ ਤੇ ਇਕੱਠੇ ਹੋ ਜਾਓ। ਤੇ ਲੋਕ ਇਹ ਗੱਲ ਕਹਿੰਦੇ ਜਨਾਬ ਤੁਸੀਂ ਵੀ ਤਾਂ ਇਕੱਠੇ ਹੋ ਜਾਓ, ਸਾਨੂੰ ਤਾਂ ਤੁਸੀਂ ਸੁਨੇਹੇ ਦੇਈ ਜਾਂਦੇ ਆ ਤੇ ਆਪ ਖੜੀਆਂ ਕਰੇਲੇ ਹੋਏ ਪਏ ਆ। ਸੋ ਕਾਂਗਰਸ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੀ ਹੈ ਤੇ ਸਿੱਧੂ ਸਾਹਿਬ ਨੂੰ ਬੁਲਾਉਣ ਦੇ ਬਾਵਜੂਦ ਸਿੱਧੂ ਸਾਹਿਬ ਜਾਂਦੇ ਨਹੀਂ। ਹੁਣ ਉਹਨਾਂ ਨੇ 3 ਸਾਬਕਾ ਕਾਂਗਰਸ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਹੈ, ਲਾਲ ਸਿੰਘ ਸਾਬਕਾ ਕਾਂਗਰਸ ਪ੍ਰਧਾਨ, ਸ਼ਮਸ਼ੇਰ ਸਿੰਘ ਦੂਨੋ ਸਾਬਕਾ ਪ੍ਰਧਾਨ, ਮਹਿੰਦਰ ਸਿੰਘ ਕੇਪੀ ਸਾਬਕਾ ਪ੍ਰਧਾਨ ਤੇ ਆਪ ਵੀ ਸਿੱਧੂ ਹੋਣੀ ਚੌਥੇ ਸਾਬਕਾ ਪ੍ਰਧਾਨ। ਸੋ 4 ਸਾਬਕਾ ਪ੍ਰਧਾਨਾਂ ਨੇ ਮੀਟਿੰਗ ਕੀਤੀ ਹੈ। ਪਤਾ ਨਹੀਂ ਕੀ ਖਿਚੜੀ ਪੱਕ ਰਹੀ ਹੋਵੇ ਜੀ, ਪਰ ਕਹਿੰਦੇ ਵੀ ਕਾਂਗਰਸ ਇਸ ਗੱਲ ਤੇ ਲੋਹੀ ਲਾਖੀ ਹੋਈ ਹੈ, ਜਿਵੇਂ ਕਿ ਅੱਜ ਕੱਲ੍ਹ ਥਣ ਸਭ ਬਹੁ ਗਿਣਤੀ ਲੋਕ ਆ ਜਿਹੜੇ ਮੋਬਾਈਲ ਦੇ ਉੱਤੇ ਸਟੇਟਸ ਪਾਉਂਦੇ ਹੁੰਦੇ ਆ, ਉਹ ਕਿਸੇ ਨੂੰ ਸਾੜਨਜੇ ਦੇ ਲਈ ਜਾਂ ਕਿਸੇ ਨੂੰ ਦਿਖਾਉਣ ਦੇ ਲਈ ਪਾਉਂਦੇ ਹੁੰਦੇ ਆ ਵੀ ਆਪਾਂ ਤਾਂ ਖੁਸ਼ੀਆਂ ਖੇੜੇ ਚ ਆ, ਵੀ ਦੂਜਾ ਵੇਖ ਕੇ ਆਪੇ ਭੁੱਜੀ ਜਾਵੇ। ਉਵੇਂ ਸਿੱਧੂ ਸਾਹਿਬ ਕੋਈ ਕਾਰਗੁਜ਼ਾਰੀ ਪੇਸ਼ ਕਰਕੇ ਕੋਈ ਮੀਟਿੰਗ ਕਰਕੇ ਫੋਟੋ ਆਪ ਹੀ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ, ਆਹ ਦੇਖੋ ਜੀ ਆਪਾਂ ਤਾਂ ਇਕੱਠੇ ਹੋ ਗਏ ਆ, ਆਪਾਂ ਤਾਂ ਮੀਟਿੰਗ ਕਰ ਲਈ ਆ, ਅੱਜ ਵੀ ਸੋਸ਼ਲ ਮੀਡੀਆ ਤੇ ਉਹਨਾਂ ਨੇ 4 ਪ੍ਰਧਾਨਾਂ ਵਾਲੀ ਫੋਟੋ ਪਾਈ ਹੈ ਜੀ। ਤੇ ਬਾਕੀ ਕੈਪਟਨ ਦੇ ਗੜ੍ਹ ਚ ਕਹਿੰਦੇ ਇਕੱਠ ਹੋ ਰਿਹਾ ਕਾਂਗਰਸ ਦਾ। ਹਾਂ ਬਿਲਕੁਲ ਜੀ, ਅੱਜ ਰਾਜਾ ਵੜਿੰਗ ਹੋਰਾਂ ਨੇ ਗੱਲ ਕਹੀ ਆ, ਉਹ ਕਹਿੰਦੇ ਵੀ ਦੇਖੋ ਅਸੀਂ ਤਾਂ ਪਟਿਆਲੇ ਦੇ ਵਿੱਚ ਵੀ ਕਾਂਗਰਸ ਨੂੰ ਪੱਕੇ ਪੈਰਿੰਗ ਕਰਨ ਦੇ ਲਈ ਕਸਰ ਕੋਈ ਨਹੀਂ ਬਾਕੀ ਛੱਡਣੀ। ਉਹ ਕਹਿੰਦੇ ਬਿਲਕੁਲ ਕਾਂਗਰਸ ਟਣ ਹੋਊਗੀ ਤੇ ਹੈ ਵੀ। ਉਹਨਾਂ ਨੇ ਗੱਲ ਕਹੀ ਆ ਵੀ ਅਸੀਂ ਪਟਿਆਲੇ ਦੇ ਵਿੱਚ ਤੇ ਵੱਖ ਵੱਖ ਖੇਤਰ ਵੰਡ ਦਿੱਤੇ ਆ, ਲੋਕ ਸਭਾ ਦੇ ਖੇਤਰ ਵੰਡਤੇ ਆ ਤੇ ਉਹਦੇ ਵਿੱਚ ਅਸੀਂ ਜ਼ਿੰਮੇਵਾਰੀਆਂ ਸੌਂਪਤੀਆਂ ਵੀ ਇਸ ਖੇਤਰ ਦੇ ਵਿੱਚ ਇਹਦੀ ਜ਼ਿੰਮੇਵਾਰੀ ਇਸ ਚ ਇਹਦੀ, ਇਸ ਚ ਇਹਦੀ, ਇਸ ਚ ਇਹਦੀ। ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਪਟਿਆਲੇ ਦੇ ਵਿੱਚ ਵੀ ਕਾਂਗਰਸ ਆ ਜਿਹੜੀ ਉਹ ਇਤਕੀ ਜਿੱਤੂਗੀ, ਇਹ ਵਕਤ ਦੱਸੂਗਾ ਜੀ ਕਾਂਗਰਸ ਜਿੱਤੂਗੀ ਕਿ ਨਹੀਂ ਜਿੱਤੂਗੀ, ਜੇ ਜਿੱਤੂਗੀ ਤਾਂ ਕੀ ਬਣੂਗਾ, ਉੱਥੇ ਗੱਠਜੋੜ ਹੋਊਗਾ ਕਿ ਨਹੀਂ ਹੋਊਗਾ। ਪਰ ਇੰਨਾ ਜ਼ਰੂਰ ਪਤਾ ਲੱਗਾ ਜੀ ਕਿ ਬੀਬੀ ਪ੍ਰਨੀਤ ਕੌਰ ਬਹੁਤ ਜਲਦ ਗੁੱਡ ਬਾਏ ਕਹਿਣ ਲੱਗੇ ਕਾਂਗਰਸ ਨੂੰ, ਰਸਮੀ ਤੌਰ ਦੇ ਉੱਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣਗੇ ਰਸਮੀ ਤੌਰ ਦੇ ਉੱਤੇ। ਤੇ ਐਤਕੀ ਬੀਬੀ ਪ੍ਰਨੀਤ ਕੌਰ ਤੇ ਕੈਪਟਨ ਦੀ ਧੀ ਰਾਣੀ ਜੈ ਇੰਦਰ ਕੌਰ ਦੇ ਬਾਰੇ ਮੰਨਿਆ ਜਾ ਰਿਹਾ ਵੀ ਬੀਜੇਪੀ ਦੀ ਟਿਕਟ ਦੇ ਉੱਤੇ ਪਟਿਆਲੇ ਚੋਣ ਲੜੂ। ਤੇ ਬਾਕੀ ਜਿਹੜਾ ਬਰਖਾਸਤ ਕੀਤੇ AIG ਆ ਰਾਜ ਜੀਤ ਸਿੰਘ, ਉਹਨਾਂ ਦੀ ਪ੍ਰੋਪਰਟੀ ਜ਼ਬਤ ਕੀਤੀ ਜਾ ਰਹੀ ਆ, ਨਿਲਾਮ ਕੀਤੀ ਜਾ ਰਹੀ? ਬਿਲਕੁਲ ਜੀ ਬਿਲਕੁਲ, ਗੱਲ ਹੈ ਜੀ STF ਜਿਹਨੂੰ ਅਸੀਂ ਸਪੈਸ਼ਲ ਟਾਸਕ ਫੋਰਸ ਕਹਿੰਦੇ ਹਾਂ, ਤੇ ਇਹਦੇ ਵੱਲੋਂ ਤੇ ਰਾਜਜੀਤ ਸਿੰਘ ਜਿਹੜੇ ਬਰਖਾਸਤ ਹੈਗੇ ਆ ਇੰਸਪੈਕਟਰ ਜਨਰਲ ਆਫ ਪੁਲਿਸ AIG, ਇਹਨਾਂ ਦੀ ਪ੍ਰੋਪਰਟੀ ਅਟੈਚ ਕਰਨ ਦੀ ਤਿਆਰੀ ਕੀਤੀ ਗਈ ਆ। 9 ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਆ, ਇਹਦੇ ਵਿੱਚ ਇੱਕ ਤਰ੍ਹਾਂ ਦਾ ਮੋਹਾਲੀ ਵਾਲਾ ਘਰ ਆ ਤੇ ਬਾਕੀ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਹੋਰ ਪ੍ਰੋਪਰਟੀ ਆ। ਸੋ ਇਹਦੇ ਵਾਸਤੇ ਕੋਈ ਦਿੱਕਤ ਨਾ ਆਵੇ ਇਹਦੇ ਕਰਕੇ STF ਦੇ ਵੱਲੋਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਗਈਆਂ ਤੇ NDPS ਐਕਟ ਦੇ ਸੈਕਸ਼ਨ 64 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਤੇ ਕਮਾਲ ਦੀ ਗੱਲ ਤੇ ਸਭ ਇਹ ਆ, ਅਕਤੂਬਰ 2023 ਤੋਂ ਰਾਜਜੀਤ ਸਿੰਘ ਫਰਾਰ ਚੱਲ ਰਿਹਾ, ਹਾਲੇ ਤੱਕ ਪਤਾ ਨਹੀਂ ਵੀ ਹੈ ਕਿਹੜੇ ਪਾਸੇ ਹੈ ਜੀ। ਸੋ ਮਮਤਾ ਬੈਨਰਜੀ ਨੇ ਕੀ ਕਿਹਾ? ਮਮਤਾ ਬੈਨਰਜੀ ਨੇ ਤਾਂ ਅੱਜ ਸਿਰੇ ਲਾਤਾ ਜੀ, ਇਹਨੂੰ ਦੇਖ ਕੇ ਤਾਂ ਲੱਗਦਾ ਨਹੀਂ ਵੀ ਇਹ ਇੰਡੀਆ ਗੱਠਜੋੜ ਦਾ ਕੁਝ ਬਣੂਗਾ। ਵੀ ਅੱਜ ਮਮਤਾ ਬੈਨਰਜੀ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਗੱਲ ਕਹੀ ਹੈ ਪੱਛਮੀ ਬੰਗਾਲ 'ਚ, ਉਹਨਾਂ ਨੇ ਗੱਲ ਕਹੀ ਜੀ ਕਿ ਕਾਂਗਰਸ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਇੰਨਾ ਹੰਕਾਰ ਹੈ ਵੀ ਜਿਹੜਾ ਉਹ ਇੰਨਾ ਹੰਕਾਰ ਪੇਸ਼ ਕਰਦੀ ਵੀ ਹੈ ਕਿਹੜੀ ਗੱਲ ਦਾ ਪਤਾ ਨਹੀਂ ਲੱਗ ਰਿਹਾ। ਉਹਨਾਂ ਨੇ ਕਿਹਾ ਜੀ ਕਿ ਮੈਨੂੰ ਨਹੀਂ ਲੱਗਦਾ ਵੀ 300 ਦੇ ਵਿੱਚੋਂ 40 ਸੀਟਾਂ ਦੇ ਉੱਤੇ ਵੀ ਕਾਂਗਰਸ ਜਿੱਤੂਗੀ। ਉਹਨਾਂ ਨੇ ਗੱਲ ਕਹੀ ਹੈ ਜੀ ਕਿ ਜਿੱਥੇ ਜਿੱਥੇ ਕਾਂਗਰਸ ਪਾਰਟੀ ਪਹਿਲਾਂ ਜਿੱਤਦੀ ਹੁੰਦੀ ਸੀ
ਉੱਥੇ ਉੱਥੇ ਹੁਣੇ ਹਾਰਦੀ ਜਾਂਦੀ ਹੈ। ਜੇ ਹਿੰਮਤ ਹੈ ਤਾਂ ਬਨਾਰਸ ਤੇ ਪ੍ਰਯਾਗਰਾਜ ਦੇ ਵਿੱਚ ਭਾਜਪਾ ਨੂੰ ਹਰਾ ਕੇ ਦਿਖਾਵੇ। ਤੇ ਮਮਤਾ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ, ਜਿਹੜੀ ਭਾਰਤ ਜੋੜੋ ਨਿਆਂ ਯਾਤਰਾ, ਇਹ ਬੰਗਾਲ ਦੇ ਵਿੱਚ ਆਈ ਸੀ ਪਰ ਮੈਨੂੰ ਦੱਸਿਆ ਤੱਕ ਨਹੀਂ ਗਿਆ। ਅਸੀਂ ਇੰਡੀਆ ਗੱਠਜੋੜ ਦੇ ਵਿੱਚ ਹੈ ਪਰ ਮੈਨੂੰ ਇਹਦੇ ਬਾਬਤ ਜਾਣਕਾਰੀ ਨਹੀਂ ਮਿਲੀ। ਮੈਨੂੰ ਤਾਂ ਆਪ ਪ੍ਰਸ਼ਾਸਨ ਦੇ ਕੋਲੋਂ ਜਾਣਕਾਰੀ ਮਿਲੀ ਹੈ ਵੀ ਭਾਈ ਇਹ ਇੱਦਾਂ ਦਾ ਪ੍ਰੋਗਰਾਮ ਵੀ ਉਲੀਕੀ ਫਿਰਦੇ ਹੈ ਜੀ। ਲੁਧਿਆਣੇ ਦੀਆਂ ਝੁੱਗੀਆਂ 'ਚ ਅੱਗ ਲਾਈ ਗਈ ਹੈ ਜਾਂ ਕਿ ਬਾਈ ਚਾਂਸ ਲੱਗ ਗਈ? ਨਹੀਂ, ਅਸਲ ਦੇ ਵਿੱਚ ਲੱਗ ਗਈ ਸਿੰਘ ਸਾਹਿਬ, ਇਹ ਨਾ ਜੱਸੀਆਂ ਰੋਡ ਦੇ ਉੱਤੇ ਲੱਗੀ ਹੈ। ਲੁਧਿਆਣੇ ਦੇ ਵਿੱਚ ਜੱਸੀਆਂ ਰੋਡ ਦੇ ਉੱਤੇ ਸਿਲੰਡਰ ਲੀਕ ਹੋ ਗਿਆ, ਸਿਲੰਡਰ 'ਚ ਹੋ ਗਿਆ ਧਮਾਕਾ। ਆਸਰਾ ਰਾਮ ਨਾਂ ਦਾ ਇੱਕ ਮਜ਼ਦੂਰ ਆ ਜਿਹੜਾ ਕਿ ਝੁੱਗੀ ਦੇ ਵਿੱਚ ਚਾਹ ਬਣਾਉਣ ਲੱਗਾ ਸੀਗਾ ਤੇ ਸਿਲੰਡਰ ਦਾ ਧਮਾਕਾ ਹੋ ਗਿਆ, ਪਰ ਉਹਦੀ ਜ਼ਿੰਦਗੀ ਬਚ ਗਈ, ਉਹ ਬੰਦਾ ਬਚ ਗਿਆ। ਅੱਗ ਬੜੀ ਭਿਆਨਕ ਸੀ, ਝੁੱਗੀ ਨੂੰ ਪੈ ਗਈ, ਪਰ ਥੋੜ੍ਹੀ ਜਿਹੀ ਚੰਗੀ ਕਿਸਮਤ ਇਸ ਗੱਲ 'ਚ ਮੰਨੀ ਗਿਆ ਵੀ ਇਹਦੀ ਘਰਵਾਲੀ ਕੰਮ ਤੇ ਗਈ ਸੀ ਤੇ ਬੱਚੇ ਸਕੂਲ ਗਏ ਸੀ, ਪਰ ਝੁੱਗੀ ਨਾਲ ਝੁੱਗੀ, ਝੁੱਗੀ ਨਾਲ ਝੁੱਗੀ, ਝੁੱਗੀ ਨਾਲ ਝੁੱਗੀ, ਕਈ ਝੁੱਗੀਆਂ ਜੁੜੀਆਂ ਹੁੰਦੀਆਂ। ਸੋ ਸੜਕਾਂ ਨੇ ਜਿਹੜੀਆਂ ਝੁੱਗੀਆਂ ਸੀ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ ਲਪੇਟ ਦੇ ਵਿੱਚ ਆ ਗਈ ਹੈ ਤੇ 15-20 ਝੁੱਗੀਆਂ ਜਿਹੜੀਆਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸੜ ਕੇ ਸਵਾਹ ਹੋ ਗਈਆਂ ਤੇ ਟੱਬਰ ਦੇ ਜੀਆਂ ਦਾ ਰੋਣ ਝੱਲਿਆ ਨਹੀਂ ਜਾਂਦਾ ਤੇ ਪ੍ਰਸ਼ਾਸਨ ਨੂੰ ਹੁਣ ਲੋਕਾਂ ਨੇ ਕਿਹਾ ਜੀ ਕਿ ਮਦਦ ਕਰੇ। ਤੇ ਟਣਾ ਜੀ, ਮਹਿੰਗਾਈ ਦਾ ਕੀ ਹਾਲ ਹੈ ਪੰਜਾਬ ਦੇ ਵਿੱਚ? ਅਸਲ ਸਭ ਅਸਲ ਦੇ ਵਿੱਚ ਮਹਿੰਗਾਈ ਦੇ ਤਾਂ ਜਲੂਸ ਕੱਢਿਆ ਪਿਆ ਗਰੀਬ ਬੰਦੇ ਦਾ। ਇਸ ਵੇਲੇ ਹਰ ਚੀਜ਼ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਹਾਲਾਂਕਿ ਹੁਣ ਇੱਕ ਡਰਾਮਾ ਜਿਹਾ ਹੋਊਗਾ ਵੀ ਚੋਣਾਂ ਸਿਰ ਦੇ ਉੱਤੇ ਆ ਤੇ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ ਥੋੜ੍ਹੀ ਜਿਹੀ ਕਟੌਤੀ ਹੋ ਜਾਣੀ ਆ, 5-7 ਰੁਪਈਏ ਲੀਟਰ ਸਸਤਾ ਹੋ ਜਾਣਾ, ਪਰ ਜਦੋਂ ਵੋਟਾਂ ਪੈ ਗਈਆਂ ਤੇ ਉਸ ਤੋਂ ਬਾਅਦ ਇਹ ਫਿਰ ਓਨਾ ਹੀ ਮਹਿੰਗਾ ਹੋ ਜਾਣਾ। ਸੋ ਆਮ ਲੋਕਾਂ ਦੀ ਪਹੁੰਚ ਦੇ ਵਿੱਚੋਂ ਸਿਲੰਡਰ ਵੀ ਬਾਹਰ ਹੀ ਹੈ, ਆਮ ਲੋਕਾਂ ਦੀ ਪਹੁੰਚ ਦੇ ਵਿੱਚੋਂ ਦਾਲਾਂ ਤੇ ਆਟਾ ਵੀ ਬਾਹਰ ਹੀ ਹੈ। ਸੋ ਗੱਲ ਇਹ ਜੀ ਕਿ ਇਸ ਵੇਲੇ ਲੋਕ ਆ ਜਿਹੜੇ ਮਹਿੰਗਾਈ ਦੀ ਚੱਕੀ ਦੇ ਵਿੱਚ ਦਰਮਿਆਨੇ ਲੋਕ ਵੱਧ ਪਿਸ ਰਹੇ ਆ। ਜਿਹੜੇ ਬਿਲਕੁਲ ਗਰੀਬ ਵਰਗ ਦੇ ਲੋਕ ਆ ਉਹਨਾਂ ਨੂੰ ਤਾਂ ਸਰਕਾਰ ਕਹਿ ਦਿੰਦੀ ਆਟਾ ਵੀ ਲੈ ਲਓ ਮੁਫਤ ਦੇ ਵਿੱਚ, ਦਾਲ ਵੀ ਲੈ ਲਓ ਤੇ ਆਹ ਵੀ ਚੀਜ਼ ਲੈ ਲਓ, ਪਰ ਜਿਹੜਾ ਦਰਮਿਆਨਾ ਵਰਗ ਆ ਉਹ ਸਭ ਤੋਂ ਵੱਧ ਪਿਸ ਰਿਹਾ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦੇ ਵਿੱਚ ਥਨ ਸਾਹਿਬ ਅੱਜ ਮੌਸਮ ਬਹੁਤ ਸੋਹਣਾ ਸੀਗਾ, ਅੱਜ ਕਿਤੇ ਵੀ ਕਣੀਆਂ ਨਹੀਂ ਪਈਆਂ, ਪੂਰੀ ਐਂ ਕਰੜੀ ਧੁੱਪ ਨਿਕਲੀ, ਅੱਜ ਸੋਹਣੀ ਧੁੱਪ ਨਿਕਲੀ ਆ। ਜੇ 5-7 ਧੁੱਪਾਂ ਇਉਂ ਲੱਗ ਗਈਆਂ ਤਾਂ ਫਿਰ ਹੋ ਸਕਦਾ ਵੀ ਘੱਟੋ ਘੱਟ ਤਾਪਮਾਨ ਵੀ 8-10 ਡਿਗਰੀਆਂ ਦੇ ਉੱਤੇ ਆ ਜੇ। ਪਰ ਗੱਲ ਇਹ ਜੀ ਕਿ ਮੌਸਮ ਵਿਭਾਗ ਨੇ ਕਿਹਾ ਕਿ 3-4 ਯਾਨੀ ਕਿ ਕੱਲ੍ਹ ਨੂੰ ਤੇ ਪਰਸੋਂ 2 ਦਿਨ ਪੰਜਾਬ ਦੇ ਵਿੱਚ ਫਿਰ ਚੋਖਾ ਮੀਂਹ ਪੈਣ ਦੀ ਸੰਭਾਵਨਾ ਹੈਗੀ ਹੈ ਜੀ। ਟਣਾ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ।